ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ ਇਸ ਵੀਡੀਓ ਚ ਅਸੀਂ ETT ਦੇ ਸੈਕਿੰਡ ਪੇਪਰ ਦੇ ਸਿਲੇਬਸ ਬਾਰੇ ਗੱਲ ਕਰਾਂਗੇ ਇਹ ਪੇਪਰ ਹੈ ਜਿਹੜਾ 100 ਨੰਬਰ ਦਾ ਹੋਵੇਗਾ ਤੇ ਇਸ ਲਈ ਟਾਈਮ ਵੀ 100 ਮਿੰਟ ਹੀ ਹੋਣਗੇ ਇਸ ਪੇਪਰ ਚ ਪੰਜਾਬੀ 15 ਨੰਬਰ ਦੀ ਆਵੇਗੀ ਪੰਜਾਬੀ ਵਿੱਚ ਪੰਜਾਬੀ ਭਾਸ਼ਾ ਅਤੇ ਉਪ ਭਾਸ਼ਾ ਵਿਆਕਰਣ ਵਿੱਚ ਤੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਇਸ ਤੋਂ ਇਲਾਵਾ ਵਿਰਾਮ ਚਿੰਨ ਅੰਡੀਟਾ ਪੇਰਾ ਮੁਹਾਵਰੇ ਅਖਾਣਾ ਪੰਜਾਬੀ ਸੱਭਿਆਚਾਰ ਪੰਜਾਬੀ ਸਾਹਿਤ ਇਹ ਸਭ ਕੁਝ ਜਿਹੜਾ 12ਵੀਂ ਤੱਕ ਦੇ ਪੱਧਰ ਦਾ ਹੋਵੇਗਾ ਇਸ ਤੋਂ ਇਲਾਵਾ ਇੰਗਲਿਸ਼ ਦੀ ਗੱਲ ਕਰੀਏ ਤਾਂ ਇੰਗਲਿਸ਼ ਵੀ 15 ਨੰਬਰ ਦੀ ਆਵੇਗੀ ਜਿਸ ਵਿੱਚ ਕੰਪਰੀਹੇਸ਼ਨ ਆਫ ਅਨਸੀਨ ਪੈਸੇਜ ਗ੍ਰਾਮਰ ਵਿੱਚ ਆਰਟੀਕਲਸ ਪ੍ਰੀਪੋਜੀਸ਼ਨ ਡਿਟਰਮਨਰਸ ਕਨਜਕਸ਼ਨ ਐਂਡ ਮੋਡਲਸ 에ਰਰ ਕਰੈਕਸ਼ਨ ਤੇ ਟੈਂਸ ਇਸ ਤੋਂ ਇਲਾਵਾ ਵੌਇਸ ਨਰੇਸ਼ਨ ਟਰਾਂਸਫਰਮੇਸ਼ਨ ਆਫ ਸੈਂਟੈਂਸ ਐਂਡ ਕਾਜ਼ਿਸ ভোকਬਲਰੀ ਚ 1 ਵਰਡ ਸਬਸਟੀਟਿਊਸ਼ਨ ਐਂਟੋਨੀਮ ਸਿਨੋਨੀਮ ਤੇ Idiom ਐਂਡ Phrases ਟਰਾਂਸਲੇਸ਼ਨ ਵਿੱਚ ਪੰਜਾਬੀ ਟੂ ਇੰਗਲਿਸ਼ ਤੇ ਇੰਗਲਿਸ਼ ਟੂ ਪੰਜਾਬੀ ਤੇ ਇਹ ਸਭ ਕੁਝ 12ਵੇਂ ਤੱਕ ਦੇ ਪੱਦਰ ਦਾ ਹੋਵੇਗਾ ਇਸ ਤੋਂ ਇਲਾਵਾ ਹਿੰਦੀ ਦੀ ਗੱਲ ਕਰੀਏ ਤਾਂ ਹਿੰਦੀ ਭਾਸ਼ਾ ਵੀ 15 ਨੰਬਰ ਦੀ ਆਵੇਗੀ ਭਾਸ਼ਾ ਲਿਪੀ ਵਰਣ ਵਿਚਾਰ ਸ਼ਬਦ ਵਿਚਾਰ ਵਿਕਾਰੀ ਸ਼ਬਦ ਐ ਵਿਕਾਰੀ ਸ਼ਬਦ ਪ੍ਰਾਇਵਾਚੀ ਤਤਸਮ ਉਪਸਰਗ ਅਨੇਕ ਸ਼ਬਦਾਂ ਕੇ ਇੱਕ ਸ਼ਬਦ ਔਰ ਅਨੇਕਾਰਥ ਸ਼ਬਦ ਵਿਲੋਮ ਸ਼ਬਦ ਸ਼ੁੱਧ ਮੁਹਾਵਰੇ ਔਰ ਲੋਕੋਕਤੀਆਂ ਪੰਜਾਬੀ ਸੇ ਹਿੰਦੀ ਮੇ ਅਨੁਵਾਦ ਔਰ ਇਹ ਸਭ 10th ਤੱਕ ਦੇ ਪੱਧਰ ਦਾ ਆਵੇਗਾ ਇਸ ਤੋਂ ਇਲਾਵਾ ਮੈਥ ਦੀ ਗੱਲ ਕਰੀਏ ਤਾਂ ਮੈਥ ਜਿਹੜਾ 20 ਨੰਬਰਾਂ ਦਾ ਆਵੇਗਾ ਜਿਸ ਵਿੱਚ ਸੰਖਿਆ ਪ੍ਰਣਾਲੀ ਵਾਸਤਵਿਕ ਸੰਖਿਆਵਾਂ ਬਹੁਪਦਿਆ ਦੋ ਚਾਲਾਂ ਵਿੱਚ ਰੇਖੀ ਸਮਕਰਨ ਸਮਿਕਰਨਾਂ ਦੇ ਜੋੜੇ ਦੋ ਕਾਤੀ ਸਮਕਰਨਾਂ ਅੰਕ ਗਣਿਤਕ ਲੜੀਆਂ ਤੇ ਜਿਓਮਿਤੀ ਰੇਖਾਵਾਂ ਅਤੇ ਕੋਣ ਤ੍ਰਿਪੁਜ ਚਤੁਰਪੁਜ ਅਤੇ ਚੱਕਰ ਇਸ ਤੋਂ ਇਲਾਵਾ ਚਤੁਰਪੁਜ ਅਤੇ ਤ੍ਰਿਪੁਜਾਂ ਦੇ ਖੇਤਰਫਲ ਨਿਰਦੇਸ਼ ਅੰਕ ਜਿਓਮਿਤੀ ਤ੍ਰਿਕੋਣਮਿਤੀ ਅਤੇ ਇਸ ਦੇ ਉਪਯੋਗ ਰਚਨਾਵਾਂ ਹੀਰੋ ਦਾ ਸੂਤਰ ਸਤ੍ਹੀ ਖੇਤਰਫਲ ਅਤੇ ਆਇਤਨ ਚੱਕਰ ਨਾਲ ਸੰਬੰਧਿਤ ਖੇਤਰਫਲ ਆંકડા ਵਿਗਿਆਨ ਸੰਭਾਵਨਾਵਾਂ ਤੇ ਇਹ ਸਭ ਕੁਝ ਵੀ 10th ਤੱਕ ਦੇ ਪੱਧਰ ਦਾ ਆਵੇਗਾ ਇਸ ਤੋਂ ਇਲਾਵਾ ਸਾਇੰਸ ਦੀ ਗੱਲ ਕਰੀਏ ਸਾਇੰਸ ਵਿੱਚ ਮੋਸ਼ਨ ਫੋਰਸ ਐਂਡ ਲਾਅ ਆਫ ਮੋਸ਼ਨ ਗ੍ਰੈਵਿਟੇਸ਼ਨ ਵਰਕ ਐਂਡ એનર્ਜੀ ਸਾਊਂਡ ਲਾਈਟ ਰਿਫਲੈਕਸ਼ਨ ਐਂਡ ਰਿਫ੍ਰੈਕਸ਼ਨ ਇਲੈਕਟ੍ਰਿਸਿਟੀ ਮੈਗਨੇਟਿਜ਼ਮ ਸੋਰਸ ਆਫ એનર્ਜੀ Matter in our surrounding, atom and molecules, chemical reaction and equation, acid and bases and salt, metal and non metals, carbon and its compound, the fundamental unit of life, tissues, diversity of living organism. Why do we fall ill? Natural resource, improvement in food resources, life. ਪ੍ਰੋਸੈਸਿਸ ਇਸ ਤੋਂ ਇਲਾਵਾ ਕੰਟਰੋਲ ਐਂਡ ਕੋਆਰਡੀਨੇਸ਼ਨ ਰੀਪ੍ਰੋਡਕਸ਼ਨ ਇਨ ਆਰਗੇਨਿਜ਼ਮ ਹੈਰੀਡਿਟੀ ਐਂਡ ਇਵੋਲੂਸ਼ਨ ਔਰ ਲਾਸਟ ਦ ਹਿਊਮਨ ਆਈ ਐਂਡ ਕਲਰਫੁਲ ਵਰਲਡ ਇਹ ਸਭ ਕੁਝ ਵੀ 10th ਤੱਕ ਦੇ ਪੱਧਰ ਦਾ ਆਵੇਗਾ ਇਸ ਤੋਂ ਇਲਾਵਾ ਸੋਸ਼ਲ ਸਾਇੰਸ ਦੀ ਗੱਲ ਕਰੀਏ ਤਾਂ ਇਹ ਪਾਰਟ ਜਿਹੜਾ 15 ਨੰਬਰ ਦਾ ਆਵੇਗਾ ਜਿਸ ਵਿੱਚ ਭਾਰਤ ਇੱਕ ਜਾਣ ਪਛਾਣ ਤਰਾਤਲ ਜਲਵਾਯੂ ਬਾਰੇ ਕੁਦਰਤੀ ਬਨਸਪਤੀ ਅਤੇ ਜੀਵ ਜੰਤੂ ਅਤੇ ਮਿੱਟੀ ਭੂਮੀ ਦੀ ਵਰਤੋਂ ਅਤੇ ਖੇਤੀਬਾੜੀ ਬਾਰੇ ਖਣਿਜ ਪਦਾਰਥ ਤੇ ਸ਼ਕਤੀ ਸਾਧਨ ਬਾਰੇ ਜਨਸੰਖਿਆ ਬਾਰੇ ਤੇ ਭਾਗ ਅੜਾ ਵਿੱਚ ਅਰਧ ਸੈਟਰ ਵਿੱਚ ਕੀ ਆਵੇਗਾ ਮੁੰਡਲੀਆਂ ਧਾਰਨਾਵਾਂ ਭਾਰਤੀ ਅਰਥ ਵਿਵਸਥਾ ਤੇ ਆਰਥਿਕ ਧਾਰਕ ਸਰਚਨਾ ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ ਭਾਰਤ ਵਿੱਚ ਉਦਯੋਗਿਕ ਵਿਕਾਸ ਇਸ ਤੋਂ ਇਲਾਵਾ ਇਤਿਹਾਸ ਵਿੱਚ ਪੰਜਾਬ ਦੀਆਂ ਮੰਗੋ ਲਿਖ ਵਿਸ਼ੇ ਇਸ ਤਰ੍ਹਾਂ ਤੇ ਉਹਨਾਂ ਦਾ ਇਸ ਦੇ ਇਤਿਹਾਸ ਉਤੇ ਪ੍ਰਭਾਵ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਖਾਲਸੇ ਦੀ ਸਿਰਜਣਾ ਅਤੇ ਸਖਸ਼ਿਤ ਬੰਦਾ ਸਿੰਘ ਬਹਾਦਰ ਤੇ ਸਿੱਖ ਮਿਸਲਾਂ ਰঞ্জੀਤ ਸਿੰਘ ਮੁੱਢਲਾ ਜੀਵਨ ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦੀ ਦੇਣ ਤੇ ਨਾਗਰਿਕ ਸ਼ਾਸਤਰ ਵਿੱਚ ਕੀ ਆਵੇਗਾ ਲੋਕਤੰਤਰ ਦਾ ਅਰਥ ਅਤੇ ਮਹੱਤਵ ਸੰਵਿਧਾਨ ਅਧਿਨ ਨਾਗਰਿਕਾਂ ਦੇ ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੇਂਦਰੀ ਸਰਕਾਰ ਰਾਜ ਸਰਕਾਰ ਭਾਰਤੀ ਲੋਕਤੰਤਰ ਦਾ ਸਰੂਪ ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ ਇਹ ਸਾਰਾ ਕੁਝ ਵੀ 10th ਤੱਕ ਦੇ ਪੱਧਰ ਦਾ ਆਵੇਗਾ ਇਸ ਤੋਂ ਇਲਾਵਾ ਹਾਂਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ ਮਿਲਦੇ ਆਂ ਨੈਕਸਟ ਵੀਡੀਓ ਚ ਉਦੋਂ ਤੱਕ ਦੇ ਲਈ ਟੇਕ ਕੇਅਰ